ਲੜੀ ਸਾਹਿਬ ਘਰ ਵਾਪਸੀ ਹੋਈ ਹੈ, ਕੋਈ ਭੁੱਲ ਸੀ ਜਿਹਨੂੰ ਸੁਧਾਰਿਆ ਗਿਆ? ਜਦੋਂ ਤੋਂ ਇਨਸਾਨ ਪੈਦਾ ਹੁੰਦਾ ਹੈ ਹੁੰਦੀਆਂ, ਪਰ ਮੈਂ ਪਾਰਟੀ ਚੜ੍ਹਦੀ ਕਲਾ ਲਈ, ਪਾਰਟੀ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਅਰਵਿੰਦ ਕੇਜਰੀਵਾਲ ਜੀ ਤੋਂ ਮੰਗ ਕੀਤੀ ਸੀ ਕਿ ਜੋ ਪੰਜਾਬ ਦੀ ਲੀਡਰਸ਼ਿਪ ਉਹਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਪੰਜਾਬ ਦੇ ਫੈਸਲੇ ਜਿਹੜੇ ਹੈ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬ, ਉਹਨਾਂ ਨੇ ਸਾਡੀ ਇਹ ਮੰਗ ਮੰਨੀ ਹੈ। ਪੰਜਾਬ ਦੇ ਵਿੱਚ ਕੋਰ ਕਮੇਟੀ ਦਾ ਗਠਨ ਕੀਤਾ ਗਿਆ, ਇਹਦੇ ਵਿੱਚ ਪੰਜਾਬ ਦੇ ਹੀ ਜਿਹੜੇ ਲੋਕ ਨੇ ਉਹ ਮੈਂਬਰ ਨੇ, ਔਰ ਪੰਜਾਬ ਦੀ ਪੋਲਿਸਿਸ ਨੂੰ ਲੈ ਕੇ ਪੰਜਾਬ ਦੇ ਜਿੰਨੀਆਂ ਵੀ ਗੱਲਾਂ ਹੋਰ ਕੋਰ ਕਮੇਟੀ ਫੈਸਲਾ ਕਰੇਗੀ। ਜੇਕਰ ਤੁਸੀਂ ਮੇਰੀਆਂ ਪਿਛਲੀਆਂ ਪ੍ਰੈਸ ਕਾਨਫਰੰਸ ਦੇਖ ਲਓ, ਇੱਕ ਵਾਰ ਵੀ ਮੈਂ ਇਹ ਨਹੀਂ ਕਿਹਾ ਕਿ ਮੈਂ ਪਾਰਟੀ ਛੱਡੀ ਹੈ, ਔਰ ਪਾਰਟੀ ਦੇ ਨਾਲ ਆਪਣੀ ਮੰਗ ਰੱਖੀ ਹੈ ਪਾਰਟੀ। ਨਹੀਂ, ਮੈਂ ਕਦੀ ਨਹੀਂ ਇਹ ਗੱਲ ਕਹੀ ਮੈਂ ਪਾਰਟੀ ਨਾਲ ਨਹੀਂ ਰਹਿਣਾ, ਕਿਉਂਕਿ ਪਾਰਟੀ ਦੀ ਟਿਕਟ ਤੋਂ ਅਸੀਂ ਆ ਪੰਜਾਬ 'ਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਭਵਿੱਖ ਵੱਲੋਂ ਦੇਖਿਆ, ਔਰ ਆਮ ਆਦਮੀ ਪਾਰਟੀ ਵਿੱਚ ਸੀ, ਆਮ ਪਾਰਟੀ 'ਚ ਹਾਂ। ਕਿਆ ਕੋਈ ਗੁੰਮਰਾਹ ਵੀ ਕੀਤਾ ਗਿਆ ਤੁਹਾਨੂੰ, ਕਿਉਂਕਿ ਅਮਨ ਅਰੋੜਾ ਦੀ ਗੱਲ ਕਰੀਏ, ਹੋਰ ਲੀਡਰ ਦੀ ਗੱਲ ਕਰੀਏ, ਉਹ ਕਹਿੰਦੇ ਗੁੰਮਰਾਹ ਕੀਤਾ ਗਿਆ ਤਾਂ ਹੀ ਉਹ ਅਲੱਗ ਹੁੰਦੇ ਨਜ਼ਰ ਆ ਰਹੇ? ਨਹੀਂ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ। ਨਹੀਂ, ਮੈਨੂੰ ਨਹੀਂ ਲੱਗਦਾ ਬਰਗਲਾਇਆ ਗਿਆ ਕਿਸੇ ਦੀ ਤਰਫੋਂ ਤੁਹਾਨੂੰ। ਨਹੀਂ, MLA ਕਿਹੜੇ ਬੱਚੇ ਨੇ, ਕੋਈ ਬਰਗਲਾ ਲੂਗਾ, ਕਿਹੜੀ ਗੱਲ ਹੈ? ਤੇ ਹੁਣ ਸੁਖਪਾਲ ਖਹਿਰਾ ਹੋ ਰਹੀ ਗੁੱਟ ਦੇ ਵਿੱਚ ਜਿਹੜੇ ਸੱਤ ਵਿਧਾਇਕ ਹੋ, ਕੋਈ ਰਾਬਤਾ ਕਾਇਮ ਕੀਤਾ ਜਾ ਰਿਹਾ ਕਿ ਤੁਹਾਡੀ ਵਾਪਸੀ ਹੋ ਗਈ ਹੈ, ਕਿਤੇ ਤੁਸੀਂ ਹੁਣ ਮੇਨ ਕੜੀ ਰਹੋਗੇ ਸਮਝੌਤੇ ਦੀ? ਨਹੀਂ, ਦੇਖੋ ਜਿਹੜੇ ਸਾਡੇ ਹੋਰ ਵੀਰ ਨੇ, ਹੋਰ MLA ਸਾਹਿਬ ਨੇ, ਉਹ ਅੱਛੇ ਲਿਖੇ ਪੜ੍ਹੇ ਲਿਖੇ, ਹੁਣ ਕੀ ਸਮਝਾ ਸਕਦਾ। ਕਿਆ ਕੀ ਮੰਨਦੇ ਹੋ, ਕਿਆ ਟਵਿੱਟਰ ਪੋਸਟ ਤੋਂ ਹਟਾਉਣਾ, ਕਿਸੇ ਹੋਰ ਨੂੰ ਪੋਸਟ ਦੇਣਾ ਅਜੀਬ ਸੀ? ਪੁਰਾਣੀਆਂ ਗੱਲਾਂ ਤੁਸੀਂ ਕੱਢ ਕੇ ਮੇਰੇ ਮੂੰਹ 'ਚੋਂ ਕੀ ਕਢਵਾਉਣਾ ਚਾਹੁੰਦੇ ਹੋ? ਸਿੱਧਾ ਸਪਸ਼ਟ ਪੁੱਛੋ ਨਾ ਕੀ ਕਹਿੰਦੇ ਆ ਲੀਡਰ ਕੌਣ ਹੈ ਤੁਹਾਡਾ ਹੁਣ, ਕਿਸ ਨੂੰ? ਪੰਜਾਬ ਦੇ ਵਿੱਚ ਸਾਡੇ ਓਪੋਜੀਸ਼ਨ ਲੀਡਰ ਹਰਪਾਲ ਚੀਮਾ ਜੀ ਨੇ, ਪੰਜਾਬ ਦੇ ਪ੍ਰਧਾਨ ਸਾਡੇ ਭਗਵੰਤ ਸਿੰਘ ਨੇ, ਔਰ ਸਾਡੀ ਕੋਰ ਕਮੇਟੀ ਦੇ ਚੇਅਰਮੈਨ ਬੁੱਧ ਰਾਮ ਜੀ ਨੇ, ਸਾਡੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਨੇ। ਯਾਨੀ ਤੁਹਾਨੂੰ ਲੱਗਦਾ ਕਿ ਆਹ ਜਿਹੜੇ ਮੈਂਬਰ ਨੇ ਆ ਹੁਣ ਪੰਜਾਬ ਦੇ ਮੁੱਦਿਆਂ ਨੂੰ ਚੁੱਕ ਸਕਦੇ ਪ੍ਰੋਪਰ ਢੰਗ ਨਾਲ? ਅਸੀਂ ਰੱਖਦੇ ਸੀ, ਚੁੱਕਦੇ ਤਾਂ ਸਾਰੇ ਹੀ ਆ, ਰੱਖਦੇ ਕਿੱਥੇ ਆ, ਅਸੀਂ ਰੱਖਾਂ। ਜਿਹੜਾ ਹੋਰ ਦੂਜਾ ਗੁੱਟ ਹੈ ਉਸਦੀ ਲੈ ਕੇ ਕੀ ਹੋ ਗਏ, ਕਿਉਂਕਿ ਬਗਾਵਤ ਤੇ ਉਸਦੀ ਤਰਫੋਂ ਲਗਾਤਾਰ ਕੀਤੀ ਜਾ ਰਹੀ ਹੈ, ਔਰ ਤੁਹਾਡੇ ਲੈ ਕੇ ਵੀ ਕਈ ਤਰ੍ਹਾਂ ਦੇ ਕਮੈਂਟ ਜਿਹੜੇ ਆ ਦੂਜਾ ਗੁੱਟ ਕਰਦਾ ਨਜ਼ਰ ਆ ਰਿਹਾ, ਤੁਹਾਨੂੰ ਦਲ ਬਦਲੂ ਤੱਕ ਕਹਿੰਦੇ ਨਜ਼ਰ ਆ ਰਹੇ? ਆਪਣੇ ਕੋਲੋਂ ਆਪਣੇ ਸ਼ਬਦ ਪਹਿਲਾਂ ਵਾਪਸ ਲਓ ਜਿਹੜੇ ਆਪਣੇ ਕੋਲੋਂ ਬਣਾ ਕੇ ਕਹਿ ਰਹੇ ਹੋ, ਔਰ ਕਦੇ ਵੀ ਕਿਸੇ ਨੂੰ ਮਾੜਾ ਕਹਿ ਕੇ ਆਪ ਅਸੀਂ ਚੰਗਾ ਨਹੀਂ ਬਣ ਸਕਦੇ, ਔਰ ਜੋ ਅਸੀਂ ਕਰਨਾ ਹੈ ਉਹ ਤੁਹਾਡੇ ਆਉਣ ਵਾਲੇ ਸਮੇਂ ਦੇ ਸਾਹਮਣੇ ਕਰਕੇ ਦਿਖਾਵਾਂਗੇ ਤੁਹਾਨੂੰ।